ਜੁਰਮਾਨਾ ਤਾਂ ਸੁਖਪਾਲ ਸਿੰਘ ਜੀ, ਇਹ ਹੁਣ ਵੀਡੀਓ ਸਾਹਿਬ ਕਹਿ ਰਹੇ ਮੇਰੇ ਤੋਂ ਗਲਤੀ ਹੋ ਗਈ, ਇਹਨਾਂ ਨੇ ਪੈਸੇ ਚੱਕੇ ਸੀਗੇ, ਲਏ ਸੀਗੇ ਮਤਲਬ ਉਹਨਾਂ ਤੋਂ ਸਰਪੰਚ ਸਾਹਿਬ ਤੋਂ, ਤੇ ਸਰਪੰਚ ਸਾਹਿਬ ਤੋਂ ਇਹਨਾਂ ਨੇ ਲਏ ਸੀ ਪੈਸੇ, ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ, ਹੁਣ ਦੱਸੋ ਕੀ ਕਾਰਵਾਈ ਕਰ ਸਕਦੇ, ਕਰਨੀ ਕਿੱਦਾਂ ਹੋਏਗਾ? ਅੱਜ ਸਾਡੇ ਕੋਲ, ਅੱਜ ਨੀ ਕੁਛ ਦਿਨਾਂ ਤੋਂ ਪਹਿਲਾਂ ਤੋਂ ਹੀ ਸਾਡੇ ਕੋਲ ਬਸੈਮੀ ਦੇ ਸਰਪੰਚ ਸਾਹਿਬ ਸੁਖਮਿੰਦਰ ਸਿੰਘ ਜੀ ਆਏ ਸੀਗੇ, ਉਹ ਕਹਿੰਦੇ ਜੀ ਵੀਡੀਓ ਮੈਨੂੰ ਬਹੁਤ ਤੰਗ ਕਰ ਰਿਹਾ, ਮੇਰੇ ਤੋਂ ਰਿਸ਼ਵਤ ਮੰਗ ਰਿਹਾ। ਕਿਹੜਾ ਵੀਡੀਓ ਜੀ? ਸਿੱਧੂ ਅਬੇਟ ਦੇ ਬਲਜੀਤ ਸਿੰਘ ਬੱਗਾ। ਠੀਕ ਆ ਜੀ। ਉਹ ਕਹਿੰਦੇ ਵੀਡੀਓ ਸਾਹਿਬ ਮੰਗ ਰਿਹਾ ਕਿ ਰਿਸ਼ਵਤ ਦਿਓ, ਕਿ ਤੁਹਾਡੇ ਜਿਹੜੇ ਨਵੀਂ ਕੋਈ ਪੇਮੈਂਟ ਵਗੈਰਾ ਪਾਉਣੀ ਹੈ, ਬਿੱਲ ਹੈਗੇ ਉਹ ਕਲੀਅਰ ਕਰਨੇ ਆ ਤੇ ਯੂਸੀ ਵਗੈਰਾ ਲਈ। ਕਹਿੰਦੇ ਮੈਨੂੰ ਫੋਨ ਆਇਆ ਕਿ ਜੀ ਸਾਨੂੰ ਆ ਕੇ ਮਿਲੋ, ਸਾਨੂੰ ਆ ਕੇ ਮਿਲੋ। ਫਿਰ ਉਹਨਾਂ ਨੇ ਕਿਸੇ ਨੂੰ ਪੁੱਛਿਆ ਤਾਂ ਕਹਿੰਦੇ ਜੀ ਤੁਸੀਂ ਪੈਸੇ ਲਿਆਓ ਤੇ ਤਾਂ ਹੋਏਗਾ, ਉਹ ਮੇਰੇ ਕੋਲ ਆ ਗਏ। ਤੇ ਅਸੀਂ ਫਿਰ ਉਹਨਾਂ ਦੇ ਨਾਲ ਜਾ ਕੇ ਪਹਿਲਾਂ ਉਹਨਾਂ ਦੇ ਜਿਹੜੇ ਨੋਟ ਸੀਗੇ ਉਹ ਫੋਟੋਸਟੈਟ ਕਰਾ ਲਏ ਸੀ ਪਹਿਲਾਂ ਹੀ, ਤੇ ਨੋਟ ਉਹਨਾਂ ਕੋਲ ਸੀਗੇ, ਉਹਨਾਂ ਨੇ ਜਾ ਕੇ ਉਹਨਾਂ ਨੂੰ ਵੀਡੀਓ ਨੂੰ ਜਦੋਂ ਪੈਸੇ ਦੇ ਦਿੱਤੇ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਕਰਤਾ, ਅਸੀਂ ਅੰਦਰ ਆ ਗਏ। ਅਸੀਂ ਅੰਦਰ ਆਏ ਤਾਂ ਵੀਡੀਓ ਸਾਹਿਬ ਨੂੰ ਕਿਹਾ ਜੀ ਜਿਹੜੀ ਰਿਸ਼ਵਤ ਲਈ ਵਾਪਸ ਕਰੋ। ਉਹਨਾਂ ਨੇ ਉਹ ਰਿਸ਼ਵਤ ਚੱਕ ਕੇ ਆਪਣੀ ਜੇਬ 'ਚ ਪਾ ਲਈ ਸੀ, ਉਹਨਾਂ ਨੇ ਜੇਬ 'ਚ ਨੋਟ ਚਲਾ ਕੇ ਉਹ ਪਰੇ ਮਾਰੇ ਕੁਰਸੀਆਂ ਤੇ ਡਿੱਗੇ। ਬਾਅਦ ਜੀ ਉਹਨੇ ਮੈਂ ਤਾਂ ਲਈ ਨਹੀਂ, ਕਹਿੰਦੇ ਮੈਂ ਕਿੱਥੇ ਲਈ ਆ, ਤੁਸੀਂ ਸਾਬਤ ਕਰ ਦਿਓ ਮੈਂ ਪੈਸੇ ਲਏ ਆ। ਉਹ ਸਾਰਾ ਵੀਡੀਓ 'ਚ ਆਇਆ ਹੋਇਆ ਕਿ ਉਹਨਾਂ ਨੇ ਪੈਸੇ ਸੁੱਟੇ। ਤੇ ਉਹਦੇ ਬਾਅਦ ਜੋ ਮੇਰੇ ਨਾਲ ਬੈਠੇ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੇਰਾ ਕੈਮਰਾ ਚੱਲ ਰਿਹਾ, ਤੇ ਫਿਰ ਮੈਨੂੰ ਕਹਿੰਦੇ ਜੀ ਜੋ ਮਰਜ਼ੀ ਜੁਰਮਾਨਾ ਲਾ ਲਓ ਤੇ ਮੈਨੂੰ ਛੱਡ ਦਿਓ, ਮੇਰਾ ਬੜੀ ਪ੍ਰੋਬਲਮ ਹੈ, ਤੇ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲੈਂਦੇ ਹਾਂ। ਤੇ ਉਹਨਾਂ ਨੇ ਫਿਰ ਸਿੱਧਾ ਹੀ ਮੰਨਿਆ ਕਿ ਜੀ ਹਾਂ ਮੈਂ ਮਤਲਬ ਕਿ ਪੈਸੇ ਲਏ ਹੈ।
ਸਾਡੇ ਹਲਕੇ 'ਚ ਸਾਡਾ ਸੱਤਵਾਂ ਕੇਸ ਹੈ ਜਿਹੜਾ ਸੀ ਰਿਸ਼ਵਤ ਦਾ ਫੜਿਆ ਕਰਪਸ਼ਨ ਦਾ। ਇਹਨਾਂ 'ਚੋਂ 5 ਕੇਸ ਵਿਜੀਲੈਂਸ ਦਿੱਤੇ ਸੀਗੇ, 6ਵਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ, ਅਤੇ 7ਵਾਂ ਹੁਣ ਦੁਬਾਰਾ ਵਿਜੀਲੈਂਸ ਕੋਈ ਜਾਏਗਾ ਜੇ ਤਾਂ ਡਿਸਟ੍ਰਿਕਟ ਪੁਲਿਸ ਕੋਲ ਹੈਗਾ। ਹਰੇਕ ਸਰਪੰਚ ਨੂੰ ਬੁਲਾ ਰਿਹਾ ਤਾਂ ਹਰੇਕ ਤੋਂ ਪੈਸੇ ਲੈ ਰਹੇ, ਸਾਨੂੰ 4-5 ਸਰਪੰਚ ਹੋਰ ਵੀ ਦੱਸ ਗਏ ਕਿ ਸਾਡੇ ਤੋਂ ਪੈਸੇ ਲਏ, ਪਰ ਵਿਚਾਰਿਆਂ ਦੀ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਉਹ ਇਹਦੀ ਕੰਪਲੇਂਟ ਕਰ।